ਗੁਰੂ ਜੀ ਕਾ ਖਾਲਸਾ ਹੁਕਮ ਹੋਇਆ ਕਵਿਤਾ ਕਹਿਣ ਦਾ ਤੇ ਕਵਿਤਾ ਦੇ ਕਈ ਰੂਪ ਨੇ ਕੋਈ ਵੀਰ ਰਸ ਹੈ ਕੋਈ ਰੁਦਰ ਰਸ ਹੈ ਕੋਈ ਵਿਰਾਗ ਰਸ ਹੈ ਉਹਨਾਂ ਰਸਾਂ ਚੋਂ ਇੱਕ ਰਸ ਹੈ ਹਾਸ ਰਸ ਸੋ ਮੈਂ ਆਓ ਤੁਹਾਨੂੰ ਤੁਹਾਡੇ ਇਤਿਹਾਸ ਨਾਲ ਜਾਣੂ ਕਰਾਵਾਂ ਮੈਨੂੰ ਤੇ ਚਟਨੀ ਮਾਫਕ ਲੈ ਆਏ ਨੇ ਕਿ ਤੁਹਾਨੂੰ ਮੈਂ ਤੁਹਾਡਾ ਇੱਕ ਟੇਸਟ ਚੇਂਜ ਕਰਨਾ ਹੈ ਇਸ ਕਵਿਤਾ ਦੇ ਕਵੀ ਦਰਬਾਰ ਦੇ ਵਿੱਚ ਜੋ ਕਿ ਬਹੁਤ ਵਧੀਆ ਉਪਰਾਲਾ ਹੈ ਤੇ ਜਿਹੜੀ ਕਵਿਤਾ ਮੈਂ ਤੁਹਾਡੇ ਨਾਲ ਅੱਜ ਸਾਂਝੀ ਕਰਨ ਲੱਗਾ ਉਹ ਕਵਿਤਾ ਆਓ ਤੁਹਾਨੂੰ ਆਨੰਦਪੁਰ ਸਾਹਿਬ ਲੈ ਚੱਲਦਾ ਬਾਈਧਾਰ ਦੇ ਪਹਾੜੀ ਰਾਜੇ ਕੁਝ ਕੁ ਵਾਰੀ ਸਿੱਖਾਂ ਕੋਲੋਂ ਹਾਰ ਖਾ ਚੁੱਕੇ ਨੇ ਤੇ ਇੱਥੋਂ ਮੇਰੀ ਕਵਿਤਾ ਸ਼ੁਰੂ ਹੋ ਜਾਣੀ ਹੈ ਬੜੀ ਸੌਖੀ ਜੀ ਕਵਿਤਾ ਅੱਧੀ ਮੈਂ ਕਹਿਣੀ ਹੈ ਅੱਧੀ ਤੁਸਾਂ ਕਹਿ ਦੇਣੀ ਹੈ ਕਈ ਵਾਰੀ ਤਾਂ ਤੁਸੀਂ ਮੇਰੇ ਤੋਂ ਵੀ ਗਾਹ ਲੱਗ ਜਾਣਾ ਕਹਿੰਦਾ ਸੀ ਚਲੋ ਤਿੰਨ ਚਾਰ ਵਾਰ ਕੁੱਟ ਸਿੱਖਾਂ ਕੋਲੋਂ ਖਾ ਕੇ ਬਹਿ ਗਏ ਰਾਜਪੂਤ ਖੁੰਭ ਆਪਣੀ ਕਹਿਣਾ ਹੀ ਪੈਣਾ ਨਾਲ ਨਾਲ ਜਿੱਦਾਂ ਮੈਂ ਤੁਹਾਨੂੰ ਕਿਹਾ ਅੱਧੀ ਮੈਂ ਕਹਿਣੀ ਹੈ ਤੇ ਅੱਧੀ ਤੁਸਾਂ ਕਹਿਣੀ ਹੈ ਤਿੰਨ ਚਾਰ ਵਾਰ ਕੁੱਟ ਸਿੱਖਾਂ ਕੋਲੋਂ ਖਾ ਕੇ ਬਹਿ ਗਏ ਰਾਜਪੂਤ ਖੁੰਭ ਆਪਣੀ ਖਪਾ ਕੇ ਬੈਠਾ ਅਜਮੇਰ ਚੰਦ ਸੋਚਾਂ ਪਿਆ ਸੋਚਦਾ ਭਿੱਜੀ ਹੋਈ ਬਿੱਲੀ ਵਾਂਗ ਮਿੱਟੀ ਨੂੰ ਖਰੋਚਦਾ ਬੈਠਾ ਹੋਇਆ ਰਾਜਪੂਤੀ ਫੌਜ ਨੂੰ ਬੁਲਾ ਕੇ ਤਿੰਨ ਚਾਰ ਪੰਜ ਵੱਟ ਮੱਥੇ ਉੱਤੇ ਪਾ ਕੇ ਉਹ ਬਾਹਾਂ ਨੂੰ ਫੁਲਾ ਕੇ ਕੱਚੀ ਚੀਜ਼ ਹੀ ਖਾ ਕੇ ਗੁੱਸੇ ਵਿੱਚ ਆਣ ਕੇ ਤੇ ਨਾਸਾਂ ਨੂੰ ਫੁਲਾ ਕੇ ਕਹਿਣ ਲੱਗਾ ਕਿਸੇ ਨੂੰ ਉਹ ਖਿਆਲ ਕਦੇ ਆਇਆ ਆ ਤੁਹਾਨੂੰ ਰਾਜਪੂਤ ਕਿਹੜੇ ਭੈੜੇ ਨੇ ਬਣਾਇਆ ਆ ਹੈ ਤੁਹਾਨੂੰ ਰਾਜਪੂਤ ਕਿਹੜੇ ਭੈੜੇ ਨੇ ਬਣਾਇਆ ਕਿਸੇ ਤੋਂ ਨੀ ਕੇਸਰੀ ਨਿਸ਼ਾਨ ਗਿਆ ਕੁੱਟਿਆ ਐਡੀ ਵੱਡੀ ਫੌਜ ਕੋਲੋਂ ਇੱਕ ਬੂਹਾ ਵੀ ਨਾ ਟੁੱਟਿਆ ਹੈ ਕਿੰਨੀ ਹੈਰਾਨੀ ਮੇਰੇ ਦਿਲ ਵਿੱਚ ਗਿਲਾ ਆ ਆਨੰਦਪੁਰ ਸਾਹਿਬ ਕਿਹੜੇ ਕਿਲਿਆਂ ਚੋ ਕਿਲਾ ਆ ਉਹ ਗਿੱਠ ਗਿੱਠ ਨੱਕ ਐਵੇਂ ਰੱਖਿਆ ਵਧਾ ਕੇ ਡੋਬਦੇ ਉਹ ਚੱਪਣੀ ਦੇ ਵਿੱਚ ਪਾਣੀ ਪਾ ਕੇ ਪੀੜੀਆਂ ਤੇ ਬਹਿ ਦੋ ਚੂੜੇ ਹੱਥਾਂ ਵਿੱਚ ਪਾ ਕੇ ਤੇ ਧੋਤੀਆਂ ਦੀ ਥਾਵੇਂ ਪਾ ਲਓ ਸੁਥਣਾ ਸਵਾ ਕੇ ਕਹਿੰਦਾ ਧੋਤੀਆਂ ਦੀ ਥਾਵੇਂ ਪਾਲੋ ਸੁਥਣਾ ਸਵਾ ਕੇ ਤੇ ਗੁੱਸੇ ਵਿੱਚ ਰਾਜਾ ਜਦੋਂ ਲਾਲ ਪੀਲਾ ਹੋ ਗਿਆ ਤੇ ਸਭਾ ਵਿੱਚੋਂ ਬੁੱਢਾ ਇੱਕ ਉੱਠ ਕੇ ਖਲੋ ਗਿਆ ਉਹ ਕੀ ਕਹਿੰਦਾ ਕਹਿੰਦਾ ਮਹਾਰਾਜ ਹੈ ਐਵੇਂ ਕਹਿੰਦਾ ਗੁੱਸੇ ਵਿੱਚ ਆਉਂਦੇ ਆਪਣੇ ਸਿਪਾਹੀਆਂ ਤਾਈ ਝਾੜਾ ਕਾਹਨੂੰ ਪਾਉਂਦੇ ਹੋ ਮੰਨਿਆ ਸਿਪਾਹੀ ਸਾਡੇ ਪਿੱਟੇ ਦੇ ਪੜੋਲੇ ਆ ਪਰ ਪੰਥ ਦੇ ਸਿਪਾਹੀ ਕਿਹੜੇ ਗੁੱਡੀਆਂ ਪਟੋਲੇ ਹੈ ਪੰਥ ਦੇ ਸਿਪਾਹੀ ਕਿਹੜੇ ਗੁੱਡੀਆਂ ਪਟੋਲੇ ਆ ਕਹਿੰਦਾ ਸੋਚੀਆ ਸਕੀਮ ਉਹ ਕਹਿੰਦਾ ਮੈਂ ਹੁਣ ਇੱਕ ਸਕੀਮ ਬਣਾਈ ਆ ਸੋਚੀਆ ਸਕੀਮ ਮੈਂ ਦਿਮਾਗ ਨੂੰ ਦੜਾ ਕੇ ਕਿਲੇ ਵਾਲੀ ਰੱਖ ਦਈਏ ਟਿਮਰੀ ਕਮਾ ਕੇ ਕੱਲ ਨੂੰ ਸਵੇਰੇ ਇੱਕ ਹਾਥੀ ਮੰਗਵਾ ਲਿਓ ਇੱਕ ਹਾਥੀ ਮੰਗਵਾ ਲਿਓ ਉਸ ਤਾਈ ਬਾਲਟਾ ਸ਼ਰਾਬ ਦਾ ਪਿਆ ਲਿਓ ਸਿਰ ਦੇ ਉੱਤੇ ਲੋਹੇ ਦੀਆਂ ਚਾਦਰਾਂ ਜੜਾ ਕੇ ਸੁੰਡ ਨਾਲ ਚਾਰ ਤਲਵਾਰਾਂ ਬਣਾ ਕੇ ਕਿਲੇ ਵੱਲ ਸਿੱਧਾ ਉਹਦੇ ਮੂੰਹ ਨੂੰ ਤਰਾ ਦਿਓ ਵੱਡੀ ਸਾਰੀ ਵਾਰ ਇੱਕ ਉਹਦੇ ਪਿੱਛੇ ਲਾ ਦਿਓ ਬਾਹਰ ਕਹਿੰਦੇ ਨੇ ਫੌਜ ਨੂੰ ਵੱਡੀ ਸਾਰੀ ਵਾਰ ਇੱਕ ਉਹਦੇ ਪਿੱਛੇ ਲਾ ਦਿਓ ਅੱਗੇ ਜਿਹੜਾ ਆਊ ਸੁੱਟੀ ਜਾਊ ਚਟਕਾ ਕੇ ਠੁੱਡ ਜਦੋਂ ਮਾਰੂ ਦਰਵਾਜੇ ਵਿੱਚ ਜਾ ਕੇ ਤੋੜ ਸੁੱਟੂ ਲੋਹੇ ਦੀਆਂ ਪੱਟੀਆਂ ਉਡਾ ਕੇ ਤੇ ਏਦਾਂ ਫਿਰ ਫਿਰਾਂਗੇ ਆਨੰਦਪੁਰ ਜਾ ਕੇ ਤੇ ਜਿੱਦਾਂ ਬਾਹਮਣ ਫਿਰਦੇ ਸ਼ਰਾਧਾ ਤਾਈ ਖਾ ਕੇ ਹੈ ਏਦਾਂ ਕਹਿੰਦਾ ਫਿਰ ਫਿਰਾਂਗੇ ਆਨੰਦਪੁਰ ਜਾ ਕੇ ਤੇ ਬਾਹਮਣ ਜਿੱਦਾਂ ਫਿਰਦੇ ਸ਼ਰਾਧਾ ਤਾਈ ਖਾ ਕੇ ਉੱਠ ਤੋੜਿਆ ਸੂਈਆ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜਾ ਦਰਬਾਰ ਦਾ ਇੱਕ ਸੂਈਆ ਜਿਹੜਾ ਉੱਥੇ ਬੈਠਾ ਸੀ ਉੱਠ ਦੌੜਿਆ ਸੂਈਆ ਇੱਕ ਗੱਲ ਸਾਰੀ ਜਾਣ ਕੇ ਉਹ ਕਹਿਣ ਲੱਗਾ ਇਸ ਤਰ੍ਹਾਂ ਦਸ਼ਮੇਸ਼ ਜੀ ਨੂੰ ਆ ਕੇ ਉਹ ਕੀ ਕਹਿੰਦਾ ਕਹਿੰਦਾ ਦਾਦਾ
ਜਗ ਦਿਆ ਵਾਲੀਆ ਅਜੀਬ ਜਿਹੀ ਬਾਤ ਹੈ ਬੇਈਮਾਨ ਹੋ ਗਈ ਪਹਾੜੀਆਂ ਦੀ ਜਾਤ ਬੇਈਮਾਨ ਹੋ ਗਈ ਦਾਦਾ ਪਹਾੜੀਆਂ ਦੀ ਜਾਤ ਹੈ ਜਿਨ੍ਹਾਂ ਲਈ ਪ੍ਰਾਣ ਨੋਵੇਂ ਗੁਰੂ ਨੇ ਲਗਾਏ ਆ ਹਾਏ ਅੱਜ ਉਹੀ ਸਾਡੇ ਖੂਨ ਦੇ ਤਿਹਾਏ ਆ ਹਾਏ ਅੱਜ ਉਹੀ ਸਾਡੇ ਖੂਨ ਦੇ ਤਿਹਾਏ ਆ ਦਾਦਾ ਕੱਲ ਨੂੰ ਸਵੇਰੇ ਜਦੋਂ ਸੂਰਜ ਚੜੋਏਗਾ ਨਿੱਕਾ ਜਿੰਨਾ ਦਿਨ ਦਾ ਚੜਾ ਜਦੋਂ ਹੋਏਗਾ ਅਜਮੇਰ ਚੰਦ ਉਦੋਂ ਹਮਲਾ ਕਰਾਏਗਾ ਫੌਜੀਆਂ ਦੇ ਅੱਗੇ ਅੱਗੇ ਹਾਥੀ ਇੱਕ ਆਏਗਾ ਕਿੰਨੇ ਸਾਰੇ ਤਵੇ ਮਹਾਰਾਜ ਉਹਨਾਂ ਲੋਹੇ ਦੇ ਮੰਗਾਏ ਆ ਰੱਸੀਆਂ ਦੇ ਨਾਲ ਉਹਦੇ ਮੱਥੇ ਤੇ ਬਣਾਏ ਆ ਉਹਨਾਂ ਲਾਟਾਂ ਵਾਲੀ ਮਾਤਾ ਦੀਆਂ ਮੰਨਤਾਂ ਵੀ ਮੰਗੀਆਂ ਚਾਰ ਤਲਵਾਰਾਂ ਉਹਦੀ ਸੁੰਡ ਨਾਲ ਬੰਨੀਆਂ ਤੇ ਹਾਥੀ ਨੂੰ ਚੜਾਇਆ ਕਲਗੀਆਂ ਵਾਲਿਆ ਹਾਥੀ ਨੂੰ ਚੜਾਇਆ ਉਹਨਾਂ ਜੋਸ਼ ਬੇਹਿਸਾਬ ਦਾ ਉਸ ਨੂੰ ਪਿਲਾਇਆ ਇੱਕ ਬਾਲਟਾ ਸ਼ਰਾਬ ਦਾ ਉਸ ਨੂੰ ਪਿਲਾਇਆ ਇੱਕ ਬਾਲਟਾ ਸ਼ਰਾਬ ਦਾ ਤੇ ਅੰਨਾ ਹੋਇਆ ਹਾਥੀ ਭੱਜਾ ਭੱਜਾ ਹਾਥੀ ਜਦੋਂ ਕਿਲੇ ਵੱਲ ਆਏਗਾ ਉਸ ਵੇਲੇ ਭਲਾ ਉਹਨੂੰ ਕੌਣ ਅਟਕਾਏਗਾ ਉਸ ਵੇਲੇ ਭਲਾ ਉਹਨੂੰ ਕੌਣ ਅਟਕਾਏਗਾ ਤੇ ਬਹਿ ਗਿਆ ਸੂਰਿਆ ਜਦੋਂ ਗੱਲ ਸਾਰੀ ਦੱਸ ਕੇ ਕਿਹਾ ਦਸ਼ਮੇਸ਼ ਪਿਤਾ ਹੌਲੀ ਜਿਹੀ ਹੱਸ ਕੇ ਕੀ ਕਹਿੰਦੇ ਕਹਿੰਦੇ ਦਾ ਸਿੰਘਾ ਹਾਥੀ ਕੋਲੋਂ ਸਾਨੂੰ ਘਬਰਾਉਣ ਦੀ ਕੀ ਲੋੜ ਆ ਹਾਥੀ ਕੋਲੋਂ ਸਾਨੂੰ ਘਬਰਾਉਣ ਦੀ ਕੀ ਲੋੜ ਆ ਉਹ ਸਾਡੇ ਕੋਲ ਭਲਾ ਕੋਈ ਹਾਥੀਆਂ ਦੀ ਥੋੜ ਆ ਹੈ ਗਿਦੜਾਂ ਦੇ ਵਾਂਗ ਅਸੀਂ ਹਾਥੀ ਨੂੰ ਭਜਾਵਾਂਗੇ ਹਾਥੀਆਂ ਦੇ ਨਾਲ ਅਸੀਂ ਹਾਥੀ ਨੂੰ ਵੀ ਲੜਾਵਾਂਗੇ ਰਾਜਪੂਤਾਂ ਕੋਲ ਤੇ ਸਿੰਘ ਐਵੇਂ ਮਲੇੜਾ ਜਿਹਾ ਹਾਥੀ ਆ ਰਾਜਪੂਤਾਂ ਕੋਲ ਤੇ ਸਿੰਘ ਓਏ ਐਵੇਂ ਮਾੜਾ ਜਿਹਾ ਹਾਥੀ ਆ ਹਾਥੀ ਤੋਂ ਵੀ ਮੋਟਾ ਇੱਕ ਸਾਡੇ ਕੋਲ ਸਾਥੀ ਆ ਕਹਿੰਦੇ ਸਾਥੀ ਕਿੱਦਾਂ ਦਾ ਸਾਡਾ ਕਹਿੰਦੇ ਸਿਰ ਉਹਦਾ ਏਦਾਂ ਜਿੱਦਾਂ ਰੋਹ ਵਾਲਾ ਮੱਟ ਵਾ ਸਿਰ ਉਹਦਾ ਏਦਾਂ ਜਿੱਦਾਂ ਰੋਹ ਵਾਲਾ ਮੱਟ ਵਾ ਸਾਡਾ ਦੁਣੀ ਚੰਦ ਕਿਹੜਾ ਹਾਥੀ ਨਾਲੋ ਘੱਟ ਵਾ ਹੈ ਹੁਣ ਨਾਕੀ ਜਰਾ ਪੀਨਾ ਆ ਸਾਡੇ ਦੁਣੀ ਚੰਦ ਦਾ ਹੁਣ ਨਾਕੀ ਜਰਾ ਪੀਨਾ ਆ ਤੇ ਅੱਖਾਂ ਜਰਾ ਛੋਟੀਆਂ ਉਹਦਾ ਬੱਦਾਂ ਤੇ ਉਹਦੀਆਂ ਨੇ ਹਾਥੀ ਤੋਂ ਵੀ ਮੋਟੀਆਂ ਸਾਰਾ ਦਿਨ ਹੌਲੀ ਹੌਲੀ ਲੰਗਰਾਂ ਚ ਪਾਉਂਦਾ ਆ ਹਾਥੀ ਵਾਂਗੂ ਜਾਗਦਾ ਤੇ ਹਾਥੀ ਵਾਂਗੂ ਹੀ ਸੌਂਦਾ ਆ 80-90 ਰੋਟੀਆਂ ਲੋਹਾਂਡਾ ਪੂਰਾ ਦਾਲ 80-90 ਰੋਟੀਆਂ ਲੋਹਾਂਡਾ ਪੂਰਾ ਦਾਲ ਦਾ ਦੋਵੇਂ ਵੇਲੇ ਉਹਨੂੰ ਸਾਡਾ ਲਾਂਗਰੀ ਖਵਾਲਦਾ ਹੈ ਤੇ ਇੱਕੇ ਟੀਕੇ ਮੁੰਡਾ ਜਦੋਂ ਸ਼ਰਤਾਈ ਦਾ ਚੜਾਉਂਦਾ ਆ ਉਦੋਂ ਘੋੜੇ ਨਾਲ ਵੀ ਦਿਲ ਘਬਰਾਉਂਦਾ ਇੱਕੇ ਟੀਕੇ ਕੁੰਡਾ ਜਦੋਂ ਸਰਦਾਈ ਦਾ ਚੜਾਉਂਦਾ ਆ ਉਹ ਭੋਲੇ ਨਾਥ ਦਾ ਵੀ ਦਿਲ ਘਬਰਾਉਂਦਾ ਆ ਤੇ ਥੋੜੇ ਬਹੁਤੇ ਕੁਣਕੇ ਨਾ ਸਿੰਘਾ ਉਹਨੂੰ ਪੈਂਦੀ ਕਰੋ ਠੱਲਵਾ ਕੁਣਕਾ ਕੜਾਹ ਨੂੰ ਕਹਿੰਦੇ ਆ ਥੋੜੇ ਬਹੁਤੇ ਕੁਣਕੇ ਨਾ ਸਿੰਘਾ ਉਹਨੂੰ ਪੈਂਦੀ ਕਦੋਂ ਠੱਲਿਆ ਉਹ 4-5 ਵੱਟੀਆਂ ਮਾਮੂਲੀ ਜਿਹੀ ਗੱਲ ਆ ਤੇ ਲੰਗਰਾਂ ਦਾ ਭੋਜਨ ਜਿੰਨਾ ਬਚ ਜਾਂਦਾ ਸੰਗਤਾਂ ਦਾ ਭੋਜਨ ਅਜਾਈ ਥੋੜਾ ਜਾਂਦਾ ਆ ਜਿੰਨਾ ਬਚ ਜਾਂਦਾ ਸਾਰਾ ਦੁਨੀ ਚੰਦੀ ਖਾਂਦਾ ਆ ਤੇ ਲੰਗਰਾਂ ਦੇ ਵਿੱਚ ਜਿਹੜੀ ਅਸੀਂ ਦੇਗ ਵਰਤਾਉਂਦੇ ਆ ਉਹਦੇ ਲਈ ਕੜਾਹੀ ਇੱਕ ਵੱਖਰੀ ਬਣਾਉਂਦੇ ਆ 13-14 ਗਿੱਠਾਂ ਕਹਿੰਦੇ ਉਹਦੇ ਢਿੱਡ ਦਾ ਆਕਾਰ ਵਾ 13-14 ਗਿੱਠਾਂ ਉਹਦੇ ਢਿੱਡ ਦਾ ਆਕਾਰ ਵਾ ਉਹ ਨਿੱਕੇ ਮੋਟੇ ਹਾਥੀ ਨਾਲੋਂ ਦੂਣਾ ਉਹਦਾ ਭਾਰ ਵਾ ਉਹ ਹੋਇਆ ਕਿਤੇ ਪਹਾੜੀਆਂ ਦਾ ਹਾਥੀ ਜਿਹੜਾ ਆਕਰਾ ਸਾਡਾ ਦੁਣੀ ਚੰਦ ਕਰੂ ਹਾਥੀ ਨਾਲ ਟਾਕਰਾ ਹੈ ਤੇ ਜਿਉਂ ਜਿਉਂ ਦੁਣੀ ਚੰਦ ਦੇ ਗੱਲਾਂ ਸੁਣੀ ਜਾਂਦਾ ਸੀ ਉਹਦਾ ਇੱਕ ਰੰਗ ਆਉਂਦਾ ਸੀ ਤੇ ਇੱਕ ਰੰਗ ਜਾਂਦਾ ਸੀ ਉਹ ਸੋਚਦਾ ਮਨਾ ਵੇ ਤੂੰ ਕਿਹੜੇ ਪਾਸੇ ਜਾਏਗਾ ਗੋਗੜ ਦੀ ਖੈਰ ਕਦੋਂ ਤੀਕਰਾ ਮਨਾਏਗਾ ਗੋਗੜ ਦੀ ਖੈਰ ਕਦੋਂ ਤੀਕਰਾ ਮਨਾਏਗਾ ਕੱਲ ਮਨਾ ਵੇ ਤੂੰ ਸੂਲੀ ਉੱਤੇ ਚੜੇਗਾ ਦੱਸ ਭਲਾ ਹਾਥੀ ਨਾਲ ਕਿਸ ਤਰ੍ਹਾਂ ਲੜੇਗਾ
ਕਿਸ ਤਰ੍ਹਾਂ ਲੜੇਗਾ, ਦਸ ਪੜਾ ਹਾਥੀ ਨਾਲ ਕਿਸ ਤਰ੍ਹਾਂ ਲੜੇਗਾ, ਉਹ ਸੋਚਦਾ ਮਨਾ ਉਹ ਕਿਹੜੀ ਫਾਈ ਚ ਫਸਿਆ। ਉਹ ਨੀਵਾ ਨੀਵਾ ਹੋ ਕੇ ਰਸੋਈ ਵੱਲ ਨਸਿਆ ਤੇ ਸਾਹ ਸਾਈ ਪਹੁੰਚਿਆ। ਰਸੋਈ ਵਿੱਚ ਜਾ ਕੇ ਉਹਨੇ ਸੁੱਤੇ ਹੋਏ ਸਾਥੀਆਂ ਨੂੰ ਆਖਿਆ ਜਗਾ ਕੇ, ਤੇ ਕੀ ਕਹਿੰਦਾ ਆਪਣੇ ਸਾਥੀਆਂ ਨੂੰ, ਕਹਿੰਦਾ ਜੇ ਨਾ ਅੱਜ ਮੰਨਿਆ ਮਸੰਦੋ ਮੇਰੀ ਗੱਲ ਨੂੰ, ਸਾਡੇ ਵਿੱਚੋਂ ਇੱਥੇ ਕੋਈ ਲੱਭਣਾ ਹੀ ਨਹੀਂ ਕੱਲ, ਸਾਡੇ ਵਿੱਚੋਂ ਇੱਥੇ ਉਹ ਕੋਈ ਲੱਭਣਾ ਹੀ ਨਹੀਂ ਕੱਲ ਨੂੰ, ਮੈਂ ਤਾਂ ਗੁਰੂ ਸਾਹਿਬ ਨਾਲ ਅੱਖੀਆਂ ਹੀ ਨਹੀਂ ਮੇਲੀਆਂ। ਹਾਲਾਤੀ ਆਉਂਦੀਆਂ ਨੇ ਠੰਡੀਆਂ ਤਰੇੜੀਆਂ, ਹਾਲਾਤੀ ਆਉਂਦੀਆਂ ਨੇ ਠੰਡੀਆਂ ਤਰੇੜੀਆਂ, ਲੈ ਮੋਟਾ ਢਿੱਡ ਵੇਖ ਕੇ ਮੈਨੂੰ ਗੁਰੂ ਕਹਿੰਦਾ ਸੂਰਮਾ। ਗੁਣੀ ਚੰਦ ਕਹਿੰਦਾ ਆਪਣੇ ਸਾਥੀਆਂ ਨੂੰ, ਮੋਟਾ ਤਾਜ਼ਾ ਵੇਖ ਮੈਨੂੰ ਗੁਰੂ ਕਹਿੰਦਾ ਸੂਰਮਾ, ਕੱਲ ਨੂੰ ਬਣਾਉ ਮੇਰਾ ਹਾਥੀ ਥੱਲੇ ਚੂਰਮਾ, ਕੱਲ ਨੂੰ ਬਣਾਉ ਮੇਰਾ ਹਾਥੀ ਥੱਲੇ ਚੂਰਮਾ, ਤੇ ਕੱਲ ਦੀ ਲੜਾਈ ਦੇ ਜੋ ਫੈਸਲੇ ਸਰੋਏ ਆ ਕੋਈ ਉਦੋਂ ਦੇਗੀ ਦੀਵੇ ਮੇਰੇ ਗੁੱਲ ਹੋਏ ਹੋਏ ਆ। ਤੇ ਸਾਰਿਆਂ ਨੇ ਰਲ ਕੇ ਪਕਾਇਆ ਇਸ ਬਾਤ ਨੂੰ ਬਈ ਕਿਹੜੇ ਦੀ ਪਛਾੜੀ ਵੱਲੋਂ ਦੌੜ ਜਾਈਏ ਰਾਹ। ਹੁਣ ਮਸੰਦਾਂ ਨੇ ਜਿਹੜੇ ਕੜਾਹ ਖਾਣੇ ਮਸੰਦ ਸਾਰੇ ਇਕੱਠੇ ਹੋਏ ਨੇ, ਉਹਨਾਂ ਸਲਾਹ ਇਹ ਬਣਾਈ ਵੀ ਆਪਾਂ ਗੁਣੀ ਚੰਦ ਨੂੰ ਪਹਿਲਾਂ ਬਾਹਰ ਕੱਢੀਏ ਕਿਉਂਕਿ ਭਾਰਾ ਬੜਾ। ਸੋ ਚੌਹਾਂ ਪੰਜਾਂ ਜਾਣਿਆਂ ਨੇ ਗੁਣੀ ਚੰਦ ਤਾਂ ਹੀ ਚੱਕਿਆ ਜ਼ੋਰ ਲਾ ਕੇ, ਤੇ ਚੌਹਾਂ ਪੰਜਾਂ ਜਾਣਿਆਂ ਨੇ ਪਿੱਛੋਂ ਉਹਨੂੰ ਧੱਕਿਆ, ਤੇ ਧੱਕੇ ਧੁੱਕੇ ਦੇ ਕੇ ਜ਼ੋਰ ਜ਼ਾਰ ਲਾ ਕੇ ਗੁਣੀ ਚੰਦ ਤਾਂ ਹੀ ਉਹਨਾਂ ਕੰਧ ਤੇ ਚੜਾ ਕੇ, ਤੇ ਖੂਹ ਤੋਂ ਇੱਕ ਮੋਟੀ ਸਾਰੀ ਲੱਜ ਮੰਗਵਾ ਕੇ, ਰੱਸਾ ਮੰਗਵਾ ਕੇ ਦੋਹਰਾ ਤੇਰਾ ਵੜ ਉਹਦੇ ਢਿੱਡ ਵਾਲੇ ਪਾ ਕੇ ਪਾਲਿਆ ਵੀ ਹੁਣ ਇਹਨੂੰ ਦਬਾ ਤੋਂ ਹੇਠਾਂ ਲੰਘਾਣਾ, ਦੋਹਰਾ ਤੇਰਾ ਵੜ ਉਹਦੇ ਢਿੱਡ ਵਾਲੇ ਪਾ ਕੇ, ਤੇ ਹੌਲੀ ਹੌਲੀ ਸਾਰਿਆਂ ਨੇ ਲੱਤਾਂ ਵੱਲੋਂ ਚਾਇਆ ਏ, ਤੇ ਦੁਣੀ ਚੰਦ ਤਾਂ ਹੀ ਜਦੋਂ ਹੇਠਾਂ ਲਮਕਾਇਆ ਏ, ਤੇ ਦੁਣੀ ਚੰਦ ਭਾਰਾ ਸੀ ਤੇ ਰੱਸਾ ਕਮਜ਼ੋਰ ਸੀ, ਉਹ ਬੋਰੇ ਨਾਲ ਬੱਜੀ ਜਿਉਂ ਪਤੰਗ ਵਾਲੀ ਡੋਰ ਸੀ। ਉਹ ਬਈ ਦੁਣੀ ਚੰਦ ਨੇ ਬਥੇਰੀ ਹਾਰ ਪਾਰਿਆ ਪਰ ਰੱਸੇ ਕੋਲੋਂ ਭਾਰ ਉਹਦਾ ਗਿਆ ਨਾ ਸਹਾਰਿਆ, ਰੱਸੇ ਕੋਲੋਂ ਭਾਰ ਉਹਦਾ ਗਿਆ ਨਾ ਸਹਾਰਿਆ, ਟੁੱਟ ਗਿਆ ਰੱਸਾ ਤੇ ਫਰਾਂ ਦੇ ਕੇ ਡਿੱਗਿਆ, ਉਹ ਜਿੰਨੀ ਉੱਤੇ ਢਿੱਡ ਭਾਰ ਹਾ ਦੇ ਕੇ ਡਿੱਗਿਆ, ਟੁੱਟ ਗਈਆਂ ਲੱਤਾਂ ਤੇ ਨਾਲੇ ਟਿੱਕ ਬਨਵਾ ਲਿਆ, ਫਿਸ ਗਿਆ ਢਿੱਡ ਨਾਲੇ ਸਿਰ ਬਨਵਾ ਲਿਆ, ਉਹ ਜਦ ਥੱਲੇ ਲੰਮਾ ਪਿਆ ਤੇ ਉਹ ਜਿਹੜੇ ਨਾਲ ਦੇ ਮਸੰਦ ਆ ਨਾ ਉਹ ਦੀਵਾਰ ਦੇ ਉੱਤੋਂ ਮਸ਼ਕੂਲੇ ਕਰਨ ਡੇ ਤੇ ਕਹਿੰਦੇ, ਤੇ ਕੰਧ ਉੱਤੋਂ ਬੋਲਿਆ ਮਸੰਦ ਇੱਕ ਨਾਲ ਦਾ, ਆ ਵੇਖ ਲਾ ਸਵਾਦ ਹੋਰ ਲੰਗਰਾਂ ਦੀ ਦਾਲ ਦਾ, ਦੁਨੀ ਚੰਦਾ ਵੇਖ ਲਾ ਸਵਾਦ ਹੋਰ ਲੰਗਰਾਂ ਦੀ ਦਾਲ ਦਾ, ਤੇ ਦੂਜਾ ਆਖੇ ਵੇ ਦੁਨੀ ਚੰਦਾ ਹਾਲ ਕੀ ਆ ਸਾਧਾ, ਆਖੇ ਤਾਂ ਲਿਆਵਾਂ ਇੱਕ ਬਾਲਟਾ ਕੜਾ ਦਾ, ਹੈ ਉਹ ਯਾਦ ਕਰ ਬੈਠ ਕੇ ਭਾਜੀ ਹੁਣੀ ਜਗਦੀ ਤੜਕੇ ਤੋਂ ਬਗੈਰ ਤੈਨੂੰ ਚੰਗੀ ਨਹੀਂ ਸੀ ਲੱਗਦੀ, ਤੇ ਲੰਮਾ ਪਿਆ ਦੁਣੀ ਚੰਦ ਹਾਏ ਹਾਏ ਉਹਦਾ ਕੱਟੇ ਵਾਂਗੂ ਸੂਕਦਾ ਤੇ ਹਾਥੀ ਵਾਂਗੂ ਘੁੰਮਦਾ, ਤੇ ਲੰਘ ਗਈ ਰਾਤ ਤੇ ਆ ਗਈ ਸਵੇਰ, ਲੰਘ ਗਈ ਰਾਤ ਤੇ ਹੋ ਗਿਆ ਸਵੇਰਾ ਏ, ਕਿਹੜੇ ਉੱਤੇ ਝੂਲ ਰਿਹਾ ਕੇਸਰੀ ਫਲੇਰਾ ਏ, ਤੇ ਬੈਠੇ ਨੇ ਦਰਬਾਰ ਵਿੱਚ ਪੁੱਤਰ ਅਕਾਲ ਦੇ, ਮਾਰ ਰਹੇ ਜੈਕਾਰੇ ਜਿਹੜੇ ਬੋਲੇ ਸੋਨੇ ਹਾਲ ਦੇ, ਤੇ ਸੰਗਤਾਂ ਦੇ ਵਿੱਚ ਏਦਾਂ ਜਲਵਾ ਹਜ਼ੂਰ ਦਾ ਹੀਰਿਆਂ ਦੇ ਵਿੱਚ ਜਿਵੇਂ ਤੌਰ ਕੋਹੇ ਨੂੰ, ਮਹਾਰਾਜ ਦਾ ਜਲਵਾ ਕਿਸ ਤਰ੍ਹਾਂ ਦਾ, ਸੰਗਤਾਂ ਦੇ ਵਿੱਚ ਏਦਾਂ ਜਲਵਾ ਹਜ਼ੂਰ ਦਾ ਹੀਰਿਆਂ ਦੇ ਵਿੱਚ ਜਿਵੇਂ ਟੌਰ ਕੋਹੇ ਨੂਰ ਦਾ, ਤੇ ਇਹਨੇ ਨੂੰ ਕੀ ਹੋਇਆ ਚੰਜੇ ਇੱਕ ਰੌਲਾ ਜਿਹਾ ਪੈ ਗਿਆ, ਹਰ ਇੱਕ ਆਦਮੀ ਹੈਰਾਨ ਜਿਹਾ ਰਹਿ ਗਿਆ, ਕੀ ਵੇਖਦੇ ਆ ਵੀ ਅੱਗੇ ਇੱਕ ਹਾਥੀ ਆ ਤੇ ਪਿੱਛੇ ਰਾਜਪੂਤ ਨੇ, ਉਹ ਯਮਦੂਤ ਪਿੱਛੇ ਜਿਵੇਂ ਲੱਗੇ ਹੋਏ ਭੂਤ ਨੇ, ਤੇ ਇਹਨੇ ਨੂੰ ਕੀ ਹੋਇਆ, ਇਹਨੇ ਨੂੰ ਸਿੱਖ
ਇੱਕ ਉੱਠਿਆ ਤੇ ਹੋ ਕੇ ਜ਼ਰਾ ਦਸ਼ਮੇਸ਼ ਜੀ ਦੇ ਨੇੜੇ ਜਹੇ ਹੋ ਕੇ ਉਹ ਸਿੱਖ ਕੀ ਕਹਿੰਦਾ, ਕਹਿੰਦਾ ਦਾਤਿਆ ਪਹਾੜ ਬਣੇ ਰਾਈ ਦਾ, ਬਸ ਇੱਕ ਆਪ ਦਾ ਆਸ਼ੀਰਵਾਦ ਚਾਹੀਦਾ, ਬਸ ਇੱਕ ਆਪ ਦਾ ਆਸ਼ੀਰਵਾਦ ਚਾਹੀਦਾ। ਉਹ ਸਿੱਖ ਅੱਗੇ ਹਾਥੀ ਕੀ ਔਕਾਤ ਭਲਾ ਰੱਖਦਾ ਹੋਵੇ ਜੇ ਭਲਾ ਇੱਕ ਇਸ਼ਾਰਾ ਤੇਰੀ ਆਖਦਾ। ਤੇ ਬਾਜਾਂ ਵਾਲੇ ਗੁਰੂ ਦੇਵ ਖੁਸ਼ੀ ਵਿੱਚ ਆ ਕੇ ਨਾਲੇ ਦਿੱਤੀ ਖਾਪਣਾ ਕਲੇਜੇ ਨਾਲ ਲਾ ਕੇ ਤੇ ਗਲ ਵਿੱਚ ਉਹਦੇ ਕਿਰਪਾਨ ਨੂੰ ਸਜਾ ਕੇ ਹੱਥ ਵਿੱਚ ਉਹਦੇ ਇੱਕ ਨਾਗਣੀ ਫੜਾ ਕੇ, ਨਾਗਣੀ ਪਰਛਾ ਹੁੰਦਾ ਗੋਬਿੰਦ ਟੇਡਾ ਜਿਹਾ, ਅੱਜ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ, ਕਈ ਗੁਰਦੁਆਰਿਆਂ ਚ ਪਿਆ, ਆਨੰਦਪੁਰ ਸਾਹਿਬ ਵੀ ਜਾ ਕੇ ਦੇਖ ਸਕਦੇ ਹਾਂ। ਹੱਥ ਵਿੱਚ ਉਹਦੇ ਇੱਕ ਨਾਗਣੀ ਫੜਾ ਕੇ ਕੀ ਕਹਿਣ ਲੱਗੇ, ਕਹਿਣ ਲੱਗੇ ਬਚਿੰਦਰ ਸਿੰਘਾ ਵੇਜਾ ਚੰਨ ਮੱਖਣਾ, ਨਾਮ ਦਾ ਸਹਾਰਾ ਸਦਾ ਦਿਲ ਵਿੱਚ ਰੱਖਣਾ। ਕਰ ਲਈਆਂ ਘੋੜੇ ਉੱਤੇ ਸਿੱਖ ਨੇ ਸਵਾਰੀਆਂ, ਹਵਾ ਵਿੱਚ ਲਾਈਆਂ ਫਿਰ ਘੋੜੇ ਨੇ ਉਡਾਰੀਆਂ, ਤੇ ਵੇੜੇ ਸਾਰ ਵੇਂਦੇ ਸਾਰ ਹਾਥੀ ਨੂੰ ਜਕਾਰਾ ਇੱਕ ਬੋਲਿਆ, ਨਾਲੇ ਸੱਜੇ ਹੱਥ ਵਿੱਚ ਨਾਗਣੀ ਨੂੰ ਤੋਲਿਆ। ਪਹਿਲਾਂ ਕਿਰਪਾਨ ਨਾਲ ਸੁਣ ਤਾਈ ਰੋਕਿਆ, ਫੇਰ ਉਹਦੇ ਮੱਥੇ ਵਿੱਚ ਨਾਗਣੀ ਨੂੰ ਠੋਕਿਆ। ਉਹ ਇੱਕੋ ਵਾਰ ਲੋਹੇ ਦੀਆਂ ਚਾਦਰਾਂ ਨੂੰ ਫਾੜ ਕੇ ਗਿੱਠ ਜਿੰਨੀ ਖੁੱਭ ਗਈ ਮੱਥੇ ਤਾਈ ਫਾੜ ਕੇ, ਤੇ ਬੱਚਾ ਜਾਂ ਹਾਥੀ ਦੇ ਸਰੀਰ ਵਿੱਚ ਵੱਜਿਆ, ਚੀਕਦਾ ਜਹਾੜ ਦਾ ਪਛਾਹਾਂ ਵੱਲ ਭੱਜਿਆ, ਨਾਲੇ ਚੀਖਾਂ ਮਾਰਦਾ ਤੇ ਨਾਲੇ ਸੀ ਦਹਾੜ ਦਾ, ਆਪਣੇ ਹੀ ਸਿਪਾਹੀਆਂ ਤਾਈ ਜਾਂਦਾ ਸੀ ਲਤਾੜ ਦਾ, ਤੇ ਸਿਰ ਉਹਦੇ ਪੈਰ ਥੱਲੇ ਜਾਈ ਜਾਵੇ ਜਿਸਦਾ ਵਾਂਗ ਹਦਵਾਣੇ ਦੇ ਉਹ ਜਾ ਰਿਹਾ ਸੀ ਤਿਸਦਾ। ਤੇ ਹਾਥੀ ਸਾਹਿਬ ਫੌਜ ਦੇ ਕੜਾਕੇ ਸਨ ਕੱਢਦੇ, ਤੇ ਕਲਗੀਆਂ ਵਾਲੇ ਸੀ ਜੈਕਾਰੇ ਪਈ ਛੱਡਦੇ, ਤੇ ਖੁਸ਼ੀਆਂ ਦਾ ਤਾਰ ਕੋਲੋਂ ਜਾਣ ਨਾ ਸੰਭਾਲੀਆਂ, ਨੂਰੀ ਮੁਖੀ ਉੱਤੇ ਆਈਆਂ ਗਿੱਠ ਗਿੱਠ ਲਾਲੀਆਂ, ਤੇ ਕਹਿਣ ਲੱਗੇ ਚੰਨਾ ਬੇਜੜੀ ਆ ਤੂੰ ਵੀਰਤਾ ਵਿਖਾਈਆ, ਇਹ ਖੋਰੇ ਮੇਰੇ ਕਿੰਨਿਆਂ ਕੋਈ ਯੁਗਾਂ ਦੀ ਕਮਾਈ ਆ। ਸਿੱਖ ਤਾਈ ਦਾਤਾ ਪਏ ਦਿੰਦੇ ਹਲਾ ਸ਼ੇਰੀਆਂ, ਸ਼ਾਵਾ ਮੇਰੇ ਸਿੱਖਾ ਉਹ ਕਿਆ ਕਹਿਣੀਆਂ ਨੀ ਤੇਰੀਆਂ, ਤੇ ਤੇਰੇ ਜਿਹੇ ਫੁੱਲ ਮੇਰੇ ਚਮਨ ਦੀ ਬਹਾਰ ਦੇ, ਯੁਗਾਂ ਤੀਕ ਮਹਿਕਾਂ ਤਾਈ ਰਹਿਣਗੇ ਖਲਾਰ ਦੇ, ਰਹਿਣਗੇ ਖਲਾਰ ਦੇ, ਰਹਿਣਗੇ ਖਲਾਰ ਦੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਫੁੱਲਾਂ ਚੁੱਕਾਂ ਲਿਖੇ ਮਾਂ। ਆਓ ਇੱਕ ਵਾਰੀ ਫਿਰ ਫਤਿਹ ਦਾ ਜਵਾਬ ਫਤਿਹ ਦਿਓ, ਸਤਿਗੁਰੂ ਦਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।